ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਮਿੰਟੂ ਬਰਾੜ, ਸੀਨੀਅਰ ਜਰਨਲਿਸਟ, ਜੋ ਕਿ ਇਸ ਸਮੇਂ ਐਡੀਲੇਡ ਮੌਜੂਦ ਨੇ। ਕਰਦਿਆਂ ਜੀ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਹਰਜਿੰਦ ਜੀ ਤੇ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚੋਣਗੇ ਜੀ। ਮਿੰਟੂ ਬਰਾੜ ਜੀ, ਇੱਕ ਅਜਿਹਾ ਮੁੱਦਾ ਜਿਹੜਾ ਕਿ ਤੂਲ ਫੜਦਾ ਜਾ ਰਿਹਾ, ਕਿਉਂਕਿ ਪਹਿਲਾਂ ਨਿਊ ਸਾਊਥ ਵੈਲਸ ਆਸਟ੍ਰੇਲੀਆ ਦੇ ਸੂਬੇ ਦੇ ਵਿੱਚ ਇਹ ਮੁੱਦਾ ਉੱਠਿਆ, ਉਸ ਤੋਂ ਬਾਅਦ ਜਦੋਂ ਦੱਸਿਆ ਗਿਆ ਕਿ ਨਿਊ ਸਾਊਥ ਵੈਲਸ ਦੇ ਵਿੱਚ ਜਿਹੜੇ ਹੈਲਥ ਵਰਕਰਸ ਹੈਗੇ ਨੇ, ਜਿਹੜੇ ਸਾਬਤ ਸੂਰਤ ਨੇ ਜਾਂ ਜਿਨ੍ਹਾਂ ਨੇ ਦਾੜੀ ਰੱਖੀ ਹੋਈ ਹੈ, ਉਹਨਾਂ ਲਈ PEP ਕਿੱਟ ਪਹਿਨਣਾ ਮੁਸ਼ਕਿਲ ਹੋ ਰਿਹਾ ਤੇ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਕਿ ਦਾੜੀ ਦੇ ਨਾਲ ਇਹ ਮਾਸਕ ਲਾਉਣਾ ਸਹੀ ਨਹੀਂ ਹੈਗਾ। ਤਾਂ ਸਰਕਾਰ ਨੇ ਕੁਝ ਰੂਲ ਬਣਾਏ ਸਨ ਕੋਵਿਡ ਦੇ ਦੌਰਾਨ, ਉਸ ਤੋਂ ਬਾਅਦ ਇਹ ਹੁਣ ਮੁੱਦਾ ਜਿਹੜਾ ਹੈਗਾ ਦੱਖਣੀ ਆਸਟ੍ਰੇਲੀਆ ਦਾ ਮੁੱਦਾ ਬਣ ਗਿਆ। ਜਿਸ ਤਰੀਕੇ ਨਾਲ ਤੁਸੀਂ ਸੀਨੀਅਰ ਜਰਨਲਿਸਟ ਹੋ, ਤੁਸੀਂ ਹਮੇਸ਼ਾ ਕਮਿਊਨਿਟੀ ਦੇ ਹੱਕ ਦੇ ਵਿੱਚ ਆਉਂਦੇ ਹੋ, ਹਮੇਸ਼ਾ ਤੁਸੀਂ ਗੱਲ ਕਰਦੇ ਹੋ ਉਹਨਾਂ ਦੇ ਹੱਕਾਂ ਦੀ, ਸੋ ਸੀਨੀਅਰ ਜਰਨਲਿਸਟ ਹੋਣ ਦੇ ਨਾਤੇ ਕੀ ਤੁਸੀਂ ਇਸ ਮੁੱਦੇ ਵੱਲ ਧਿਆਨ ਦਿੱਤਾ ਜਾਂ ਇਸ ਮੁੱਦੇ ਨੂੰ ਸਰਕਾਰ ਵੱਲ ਉਹਨਾਂ ਦਾ ਧਿਆਨ ਦਵਾਇਆ? ਬਿਲਕੁਲ ਅਰਜਨ ਜੀ, ਗੱਲ ਇਹ ਆ ਵੀ ਇਹ ਮੁੱਦਾ ਥੋੜੇ ਥੋੜੇ ਸਮੇਂ ਬਾਅਦ ਨਾ ਇਹ ਜੇ ਨਿੱਕੇ ਨਿੱਕੇ ਮੁੱਦੇ ਆਉਂਦੇ ਰਹਿੰਦੇ ਆ। ਉਹਦਾ ਕਾਰਨ ਇਹ ਆ ਵੀ ਅਸੀਂ ਹਾਲੇ ਇਸ ਮੁਲਕ ਦੇ ਵਿੱਚ ਆਪਦੀਆਂ ਜੜ੍ਹਾਂ ਪਸਾਰ ਰਹੇ ਹਾਂ ਤੇ ਇੱਕੋ ਦਿਨ ਦੇ ਵਿੱਚ ਕੋਈ ਵੀ ਲਾਅ ਨਹੀਂ ਬਣਦਾ ਹੁੰਦਾ। ਜਿਵੇਂ ਜਿਵੇਂ ਜਿਹੜੇ ਲਾਅ ਦੀ ਜ਼ਰੂਰਤ ਆਉਂਦੀ ਆ ਉੱਥੇ ਉੱਥੇ ਉਹ ਬਣਦੇ ਆ। ਜਿਵੇਂ ਪਹਿਲਾਂ ਸਾਈਕਲ ਦੇ ਉੱਤੇ ਹੈਲਮਟ ਦਾ ਆਇਆ ਮੁੱਦਾ, ਫਿਰ ਸਕੂਲਾਂ 'ਚ ਪੰਜਾਬੀ ਜਾਂ ਬਰੋਸ਼ਰਾਂ 'ਚ ਪੰਜਾਬੀ, ਵੱਖੋ ਵੱਖਰੇ ਕਿਸਮ ਦੇ ਜਿਵੇਂ ਜਿਵੇਂ ਅਸੀਂ ਵਿਚਰਦੇ ਹਾਂ ਉਵੇਂ ਉਵੇਂ ਉਹ ਮੁੱਦੇ ਆਉਂਦੇ ਆ। ਪਰ ਹੁਣ ਜਿਹੜਾ ਮੇਨ ਵੀ ਕੋਵਿਡ ਦੌਰਾਨ ਸਿੱਖੀ ਸਰੂਪ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਕਿਤੇ, ਖਾਸ ਕਰਕੇ ਮੈਂ ਇੱਥੇ ਮੇਲ ਕਵਾਂਗਾ, ਉਹਨਾਂ ਨੂੰ ਦਿੱਕਤ ਆ ਰਹੀ ਸੀ ਉਹਨਾਂ ਦੀਆਂ ਦਾੜੀ ਤੇ ਮੁੱਛਾਂ ਲਈ। ਤੇ ਉਹਦੇ ਲਈ ਹੈਲਥ ਡਿਪਾਰਟਮੈਂਟ ਆ ਉਹ ਉਹਨਾਂ ਨੂੰ ਕਈ ਵਾਰ ਹੋਇਆ, ਕਈ ਥਾਂ ਤੋਂ ਸੁਣਨ ਨੂੰ ਮਿਲਿਆ ਵੀ ਉਹਨਾਂ ਨੂੰ ਜੋਬ ਤੋਂ ਵਾਪਸ ਭੇਜ ਦਿੱਤਾ ਗਿਆ ਜਾਂ ਉਹਨਾਂ ਨੂੰ ਵਾਲ ਜਿਹੜੇ ਕੱਟਣ ਲਈ ਕਿਹਾ ਗਿਆ। ਪਹਿਲੀ ਗੱਲ ਤਾਂ ਮੈਨੂੰ ਇਹ ਆ ਵੀ ਸਾਨੂੰ ਇੱਥੇ ਨਾ ਇਸ ਗੱਲ ਦੇ ਉੱਤੇ ਬਹੁਤ ਇੱਕੇਦਮ ਤੱਤੇ ਨਹੀਂ ਹੋ ਜਾਣਾ ਚਾਹੀਦਾ ਪੂਰੀ ਗੱਲ ਸਮਝੇ ਬਿਨਾਂ। ਜਦੋਂ ਪਹਿਲੀ ਨਜ਼ਰੇ ਹੁਣ ਗੱਲ ਪੇਸ਼ ਕਰਨ ਦਾ ਤਰੀਕਾ ਹੁੰਦਾ, ਮੇਰੇ ਕੋਲ ਬਹੁਤਿਆਂ ਨੇ ਗੱਲ ਇਹ ਪੇਸ਼ ਕਰਦੀ ਐਂ ਕਿਵੇਂ ਸਾਡੇ ਦਾੜੀ ਕਟਾ ਦੇਣਗੇ, ਐਂ ਕਿਵੇਂ ਸਾਡੇ ਵਾਲ ਕਟਾ ਦੇਣਗੇ, ਇਹਨਾਂ ਨੂੰ ਪਤਾ ਨਹੀਂ ਅਸੀਂ ਤਾਂ ਐਂ ਕਰ ਦਾਂਗੇ। ਇੱਕ ਤਰੀਕਾ ਤਾਂ ਇਹ ਹੁੰਦਾ, ਦੂਜਾ ਤਰੀਕਾ ਇਹ ਹੁੰਦਾ ਵੀ ਉਹਨਾਂ ਨੂੰ ਪਤਾ ਹੀ ਨਹੀਂ, ਸਾਡੇ ਸਾਡੇ ਕੇਸਾਂ ਦੀ ਮਹੱਤਤਾ ਦਾ ਸਾਨੂੰ ਪਤਾ ਨਹੀਂ, ਤੇ ਉਹਨਾਂ ਲਈ ਤਾਂ ਸਿੰਪਲ ਗੱਲ ਆ ਇਹ ਕਹਿਣਾ ਵੀ ਭਾਈ ਇਹਨਾਂ ਨੂੰ ਕੱਟ ਕੇ ਆਓ। ਤੇ ਪਰ ਜੇ ਅਸੀਂ ਉਹਨਾਂ ਨੂੰ ਐਕਸਪਲੇਨ ਕਰਾਂਗੇ ਪ੍ਰੋਪਰ ਤਰੀਕੇ ਨਾਲ ਜਾਂ ਉਹਨਾਂ ਨੂੰ ਦੱਸਾਂਗੇ ਵੀ ਇੱਦਾਂ ਸੌਖਾ ਨਹੀਂ ਜਿੰਨਾ ਤੁਸੀਂ ਕਹਿਤਾ, ਤਾਂ ਉਹਦੇ ਹੱਲ ਹੈਗੇ, ਇਹ ਸੁਣਦੇ ਆ। ਇਹ ਇੰਨੀ ਕੁ ਗੱਲ ਮੈਨੂੰ ਮੈਂ ਜਿਹੜੀ ਇੱਥੇ ਰਹਿ ਕੇ 15 ਸਾਲਾਂ 'ਚ ਮਹਿਸੂਸ ਕੀਤੀ ਆ ਵੀ ਜੇ ਇਹਨਾਂ ਨੂੰ ਪ੍ਰੋਪਰ ਢੰਗ ਨਾਲ ਕੋਈ ਵੀ ਕੇਸ ਪੇਸ਼ ਕੀਤਾ ਜਾਵੇ ਉਹਨੂੰ ਉਹਦੀ ਸੁਣਵਾਈ ਕਰਦੇ ਆ। ਸੋ ਇਵੇਂ ਜੀ ਕੀ ਫੇਰ ਐਤਕੀ ਜਿਵੇਂ ਮੈਂ ਪਿੱਛੇ ਜੇ ਵੀ ਦੱਸੀ ਸੀ ਗੱਲ ਵੀ 2-2.5 ਮਹੀਨੇ ਪਹਿਲਾਂ ਇੱਕ ਡਾਕਟਰ ਦਾ ਮੇਰੇ ਕੋਲ ਇੱਦਾਂ ਕੇਸ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ 2 ਚੋਇਸਾਂ, ਇੱਕ ਤਾਂ ਫੇਸਬੁੱਕ ਤੇ ਆਪਾਂ ਨਾਰੇ ਚਕਾਰੇ ਲਾਉਣੇ ਸ਼ੁਰੂ ਕਰ ਦਈਏ ਤੇ ਕਹਿ ਦਈਏ ਵੀ ਐਂ ਜ਼ਰੂਰਤ ਕਿਵੇਂ ਪੈ ਗਈ ਆਸਟ੍ਰੇਲੀਆ ਦੀ ਸਾਨੂੰ ਐਂ ਕਹਿਣ ਦੀ, ਦੂਜਾ ਪਾਸਾ ਇਹ ਆ ਵੀ ਆਪਾਂ ਅਥਾਰਟੀਜ਼ ਨਾਲ ਗੱਲ ਕਰੀਏ ਤੇ ਇਸ ਮਸਲੇ ਦਾ ਹੱਲ ਕਰੀਏ। ਜਿਵੇਂ ਕਿਰਪਾਨ ਦੇ ਮਸਲੇ ਦਾ ਵੀ ਹੱਲ ਹੋ ਗਿਆ, ਹੋਰ ਸਾਰੇ ਗੱਲਬਾਤ ਨਾਲ ਹੀ ਹੋਏ ਨਾ ਮਸਲੇ ਦੇ ਹੱਲ, ਕਮੇਟੀਆਂ ਬਣੀਆਂ, ਪ੍ਰੋਪਰ ਵਿਚਾਰਾਂ ਹੋਈਆਂ, ਜਿੱਥੇ ਕਿਤੇ ਮਾੜੀ ਮੋਟੀ ਝੁਕਣ ਦੀ ਲੋੜ ਸੀ ਝੁਕੇ, ਜਿੱਥੇ ਕਿਤੇ ਅੱਗੇ ਵਧਣ ਦੀ ਲੋੜ ਸੀ ਅੱਗੇ ਵਧੇ। ਇਹ ਹੁੰਦਾ ਇੱਕ ਭਾਈਚਾਰਕ ਸਾਂਝ ਤੇ ਮਸਲੇ ਦਾ ਹੱਲ ਕੱਢਣਾ। ਸੋ ਉਸ ਤਰੀਕੇ ਨੂੰ ਜਿਹੜੇ ਮੇਰੇ ਕੋਲ ਕੇਸ ਆਏ ਸੀ ਉਹਨਾਂ ਨੇ ਵੀ ਪ੍ਰੈਫਰ ਕੀਤਾ, ਡਾਕਟਰ ਸਾਹਿਬ ਬੜੀ ਵਧੀਆ ਫੈਮਿਲੀ ਆ, ਸਾਰਾ ਪਰਿਵਾਰ ਡਾਕਟਰ ਆ, ਉਹਨਾਂ ਨੇ ਕਿਹਾ ਨਹੀਂ ਆਪਾਂ ਇਹਦਾ ਮਸਲੇ ਦਾ ਹੱਲ ਕਰਨਾ, ਆਪਾਂ ਤਮਾਸ਼ਾ ਨਹੀਂ ਬਣਾਉਣਾ। ਸੋ ਉਸ ਦਾ ਮਸਲੇ ਦਾ ਆਪਾਂ ਪ੍ਰੋਪਰ ਸ਼ੁਰੂ ਕੀਤਾ ਜੀ। ਉਸੇ ਦਿਨ ਅਸੀਂ ਤਕਰੀਬਨ ਹੈਲਥ ਮਿਨਿਸਟਰ ਨੂੰ, ਪ੍ਰੀਮੀਅਰ ਨੂੰ, ਮਲਟੀਕਲਚਰ ਮਿਨਿਸਟਰ ਨੂੰ ਜਿਹੜੀਆਂ ਈਮੇਲਾਂ ਪਾਈਆਂ ਉਹਨਾਂ ਨਾਲ ਸੰਪਰਕ ਕੀਤਾ, ਉਹਨਾਂ ਦੇ ਦਫ਼ਤਰ ਗਏ, ਸਾਰਾ ਕੁਛ ਕਰਨ ਤੋਂ ਬਾਅਦ ਉਹ ਹੌਲੀ ਹੌਲੀ ਸਟੈਪ ਬਾਏ ਸਟੈਪ 2-4 ਕੁ ਦਿਨਾਂ 'ਚ ਉਸ ਡਾਕਟਰ ਨੂੰ ਉਹਨਾਂ ਨੇ ਬੁਲਾ ਲਿਆ, ਨਿੱਕੇ ਜਿਹੇ ਇੱਕ ਟੈਸਟ ਬੀਜਦੀ ਕੱਢ ਕੇ। ਤਾਂ ਸਾਨੂੰ ਉਸ 'ਚ ਲੱਗਿਆ ਵੀ ਸਾਡੀ ਜਿੱਤ ਆ। ਪਰ ਉਸ ਤੋਂ ਬਾਅਦ ਫਿਰ ਆਉਣ ਲੱਗ ਗਈਆਂ ਹੋਰ ਨਰਸਿਸ, ਜਿਹੜੇ ਮੁੰਡੇ ਕੰਮ ਕਰਦੇ ਸੀ ਉਹਨਾਂ ਨੂੰ ਦਿੱਕਤਾਂ ਆਉਣ ਲੱਗ ਗਈਆਂ, ਕਈਆਂ ਨੂੰ ਪਲੇਸਮੈਂਟਾਂ 'ਚ ਦਿੱਕਤਾਂ ਆਉਣ ਲੱਗ ਗਈਆਂ। ਤਾਂ ਰੋਜ਼ ਹੀ ਮੇਰੇ ਕੋਲ ਇੱਦਾਂ ਕਾਲਾਂ ਆਉਂਦੀਆਂ ਜਿੰਨੀਆਂ ਕਿ ਦੀਆਂ ਆਈਆਂ, ਤੇ ਉਹਨਾਂ ਨੂੰ ਆਪਾਂ ਫਿਰ ਇਹੀ ਸੋਚਿਆ ਵੀ ਰੋਜ਼ ਇੰਡੀਵਿਜੁਅਲ ਕੇਸ ਨਹੀਂ ਹੱਲ ਹੁੰਦੇ, ਇਹਨਾਂ ਨੂੰ ਸਾਰਿਆਂ ਨੂੰ ਇੱਕ ਲੈਵਲ 'ਤੇ ਹੋਣਾ ਚਾਹੀਦਾ। ਚਲੋ ਅਸੀਂ ਹੋਰ ਆਪਦੇ ਬੰਨਿਓ ਜਿੰਨੇ ਕੁ ਕੋਸ਼ਿਸ਼ਾਂ ਕਰ ਸਕਦੇ ਸੀ ਕੀਤੀਆਂ ਜੀ, ਪਰ ਅੱਜ ਖੁਸ਼ੀ ਦੀ ਗੱਲ ਆ ਵੀ ਅੱਜ ਉਹਨਾਂ ਦੀ ਹੈਲਥ ਮਿਨਿਸਟਰੀ ਦੀ ਅੱਜ ਹੀ ਇੱਕ ਈਮੇਲ ਆਈ ਹੈ ਜੀ। ਈਮੇਲ ਵੀ ਕੀ ਕਹੀਏ, ਸਪੈਸ਼ਲ ਉਹਨਾਂ ਨੇ ਲੈਟਰ ਲਿਖ ਕੇ ਭੇਜਿਆ ਜਿਹਦੇ 'ਚ ਉਹਨਾਂ ਨੇ ਥੈਂਕਸ ਕੀਤਾ ਵੀ ਤੁਸੀਂ ਸਾਡਾ ਧਿਆਨ ਦਵਾਇਆ ਇਸ ਮੁੱਦੇ 'ਤੇ, ਤੇ ਉਹਨਾਂ ਨੇ ਉਸ ਮਸਲੇ ਦਾ ਪੱਕਾ ਪਰਮਾਨੈਂਟ ਹੱਲ ਕਰਤਾ, ਜਿਵੇਂ ਨਿਊ ਸਾਊਥ ਵੇਲਸ ਹੋਇਆ ਸੀ ਵੀ ਭਾਈ ਕੋਈ ਲੈਟਰ ਹੈਗਾ ਸਾਡੇ ਕੋਲ, ਕੋਈ ਹਵਾਲਾ ਹੈਗਾ ਗੱਲ ਕਰਨ ਦਾ। ਸੋ ਉਹਨਾਂ ਨੇ ਅੱਜ ਲੈਟਰ ਭੇਜਿਆ, ਮੈਂ ਹੁਣੇ ਉਹਨਾਂ ਨੂੰ ਮੇਲ ਬੈਕ ਕਰਕੇ ਹਟਿਆ ਸੀ, ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕੀ ਇਸ ਲੈਟਰ ਨੂੰ ਅਸੀਂ ਪਬਲਿਕਲੀ ਕਰ ਸਕਦੇ ਹਾਂ, ਜੇ ਉਹਨਾਂ ਨੇ ਇਜਾਜ਼ਤ ਦਿੱਤੀ ਤਾਂ ਅਸੀਂ ਪਬਲਿਕਲੀ ਵੀ ਕਰਾਂਗੇ, ਨਹੀਂ ਮੈਂ ਬੇਨਤੀ ਕਰਦਾ ਵੀ ਜੇ ਕਿਸੇ ਨੂੰ ਵੀ ਇਹ ਦਿੱਕਤ ਆਵੇ ਖਾਸ ਕਰਕੇ ਸਾਊਥ ਆਸਟ੍ਰੇਲੀਆ 'ਚ ਤਾਂ ਗੌਰਮੈਂਟ ਬੰਨਿਓ ਇੱਕ ਸਪੈਸ਼ਲ ਲੈਟਰ ਇਸ਼ੂ ਹੋ ਚੁੱਕਿਆ, ਉਹ ਲੈਟਰ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ।
ਪਬਲਿਕਲੀ ਅਸੀਂ ਕਰਦੇ ਨਹੀਂ ਉਹਨਾਂ ਤੋਂ ਪੁੱਛੇ ਤੋਂ ਬਿਨਾਂ। ਦੂਜੀ ਗੱਲ ਇਹ ਹੈ ਜੀ ਵੀ ਜਿਹੜਾ ਇਹ ਇਹ ਮੁੱਦੇ ਦਾ ਜਿਹੜਾ ਹੱਲ ਆ ਉਹਦੇ ਲੈਟਰ ਦੇ ਵਿੱਚ ਵੀ ਜਿਹੜਾ ਜਿੰਨਾ ਕੁ ਮੈਨੂੰ ਸਮਝ ਆਇਆ ਉਸ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਜੀ ਵੀ ਇੱਕ ਟੈਸਟ ਆ ਜਿਹੜੇ ਨੂੰ ਉਹਨੂੰ ਪ੍ਰੋਪਰ ਟਾਈ ਕਰਕੇ ਤਰੀਕੇ ਨਾਲ ਟਾਈ ਕਰਕੇ ਤੁਸੀਂ ਉਹ ਟੈਸਟ ਵਿੱਚ ਜਾਣਾ ਜਿਹੜੀ ਕਿ ਥਰਡ ਪਾਰਟੀਆਂ ਵੀ ਲੈਂਦੀਆਂ ਉਹ ਟੈਸਟ ਅਤੇ ਉਹਦੇ ਵਿੱਚੋਂ ਡਾਇਰੈਕਟਲੀ ਹੁਣ ਤੱਕ ਜਿੰਨੇ ਬੰਦਿਆਂ ਨੇ ਉਹ ਟੈਸਟ ਕੀਤਾ ਪਾਸ ਹੋਏ ਆ ਅਤੇ ਉਦੋਂ ਬਾਅਦ ਡਿਪਾਰਟਮੈਂਟ ਤੁਹਾਨੂੰ ਅਲਾਓ ਕਰ ਦਿੰਦਾ। ਪਰ ਇਨ ਕੇਸ ਕੋਈ ਬੰਦਾ ਉਸ ਟੈਸਟ 'ਚੋਂ ਪਾਸ ਨਹੀਂ ਹੁੰਦਾ ਤਾਂ ਉਦੋਂ ਬਾਅਦ ਵੀ ਇੱਕ PPR ਕਰਕੇ ਇੱਕ ਹੋਰ ਜਿਹੜਾ ਉਹਨਾਂ ਨੇ ਇੱਕ ਤਰੀਕਾ ਦੱਸਿਆ ਜਿਹੜਾ ਕਿ ਇੱਕ ਸਪੈਸ਼ਲ ਕਿੱਟ ਮਿਲਦੀ ਆ ਉਹ ਥੋੜ੍ਹੀ ਜਿਹੀ ਕੋਸਟਲੀ ਆ। ਹੋਪਫੁਲੀ ਉਹਦੇ 'ਤੇ ਵੀ ਸਾਡੀ ਗੱਲ ਚੱਲ ਰਹੀ ਆ ਵੀ ਉਹ ਕਿੱਟ ਦਾ ਭਾਰ ਆ ਜਿਹੜੀ ਗੌਰਮੈਂਟ ਚੱਕੇ। ਜੇ ਉਹ ਗੌਰਮੈਂਟ ਚਾਹੁੰਦੀ ਆ ਵੀ ਸਾਡੇ ਬੰਦੇ ਉੱਥੇ ਕੰਮ ਕਰਨ ਤਾਂ ਉਹ ਕਿੱਟ $2400 ਦੀ ਕਿੱਟ ਦੱਸੀ ਜਾਂਦੀ ਆ ਵੀ ਉਹ ਪਾ ਕੇ ਤਾਂ ਫਿਰ ਤੁਹਾਨੂੰ ਕੋਈ ਰੋਕ ਵੀ ਨਹੀਂ ਸਕਦਾ ਕਿਸੇ ਢੰਗ ਨਾਲ ਨਹੀਂ ਉਹ ਅਪਰੂਵਡ ਆ। ਪਰ ਜਿਹੜੀ ਟੈਸਟ ਹੋਏ ਆ ਉਹ ਟੈਸਟ ਹੀ ਆਲਰੇਡੀ ਸਾਰੇ ਗੋਨ ਥਰੂ ਹੋਏ ਆ ਅਤੇ ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨਹੀਂ ਕਿਸੇ ਪਾਸਿਓਂ ਕਿ ਚਿੰਤਾ ਦੀ ਲੋੜ ਨਹੀਂ ਕੋਈ ਇਹਨੂੰ ਡਰਾਮਾ ਹੰਗਾਮਾ ਬਣਾਉਣ ਦੀ ਲੋੜ ਨਹੀਂ। ਹਾਂ ਬਣ ਸਕਦਾ 4-5 ਦਿਨ ਫੇਸਬੁੱਕ 'ਤੇ ਲਾਈਕ ਸ਼ੇਅਰ ਬੜੇ ਆ ਜਾਣਗੇ ਡਰਾਮਾ ਬਣ ਜੂ ਇੱਥੋਂ ਕੀ ਕਈ ਵਾਰ ਤਾਂ ਕੀ ਹੁੰਦਾ ਮੁੱਦਾ ਇੱਥੇ ਐਡਲੇਡ ਦਾ ਹੁੰਦਾ ਅਤੇ ਨਾਰੇ ਜਾ ਕੇ ਟੋਰਾਂਟੋ 'ਚ ਲੱਗਣ ਲੱਗ ਜਾਂਦੇ ਆ ਹੋਰ ਥਾਵਾਂ 'ਤੇ ਵੀ ਐਂ ਕਿਵੇਂ ਹੋ ਗਿਆ ਜੇ ਕਿਵੇਂ ਹੋ ਗਿਆ ਅਤੇ ਮਸਲੇ ਦਾ ਹੱਲ ਕਿਤੇ ਹੋਰ ਹੀ ਪਿਆ ਹੁੰਦਾ। ਸੋ ਮਸਲੇ ਦਾ ਹੱਲ ਨਿਕਲ ਚੁੱਕਿਆ ਇਸ ਲਈ ਅਸੀਂ ਧੰਨਵਾਦ ਵੀ ਕਰਦੇ ਚਾਹੁੰਦੇ ਹਾਂ ਅੱਜ ਇਸ ਪਲੇਟਫਾਰਮ ਜ਼ਰੀਏ ਸਰਕਾਰ ਦਾ ਜਿਨ੍ਹਾਂ ਨੇ ਪੂਰੇ ਤਰੀਕੇ ਨਾਲ ਉਹਨੂੰ ਸੁਣਿਆ ਅਤੇ ਤਰੀਕੇ ਨਾਲ ਉਹਦਾ ਹੱਲ ਕੀਤਾ। ਜੀ ਬਰਾੜ ਸਾਹਿਬ ਗੱਲ ਕਰਦੇ ਹਾਂ ਸੰਸਾਰ ਪੱਧਰ ਦੀ ਜੀ ਗੱਲ ਚੱਲ ਰਹੀ ਹੈ ਯੂਕਰੇਨ ਤੇ ਰਸ਼ੀਆ ਦੇ ਯੁੱਧ ਦੀ ਲਗਾਤਾਰ ਜਿਹੜਾ ਯੁੱਧ ਰਸ਼ੀਆ ਦੇ ਨਾਲ ਲੱਗਿਆ ਯੂਕਰੇਨ ਦਾ ਵੱਧਦਾ ਹੀ ਜਾ ਰਿਹਾ। 2-4 ਵਾਰੀ ਇਹਨਾਂ ਦੀਆਂ ਬੈਠਕਾਂ ਵੀ ਹੋਈਆਂ ਜਿਹੜੀਆਂ ਬੇਸਿੱਟਾ ਰਹੀਆਂ। ਉਸ ਤੋਂ ਬਾਅਦ ਹੁਣ ਜਿਹੜੇ ਰਸ਼ੀਆ ਦੇ ਮਿਨਿਸਟਰ ਹੈਗੇ ਨੇ ਜੀ ਪੁਤਿਨ ਉਹਨਾਂ ਨੇ ਕਹਿ ਦਿੱਤਾ ਕਿ ਅਜਿਹੀ ਲਿਸਟ ਬਣਾਈ ਜਾਵੇ ਜਿਹੜੇ ਉਹਨਾਂ ਦੇ ਹੱਕ 'ਚ ਨੇ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਤੇ ਨਾਲ ਅਜਿਹੇ ਲੋਕੀ ਜਿਹੜੇ ਦੇਸ਼ ਹੈਗੇ ਨੇ ਕਿ ਜਿਹੜਾ ਉਹਨਾਂ ਦੇ ਵਿਰੋਧ ਦੇ ਵਿੱਚ ਨੇ ਤਾਂ ਕਿ ਬਾਅਦ ਵਿੱਚ ਉਹਨਾਂ ਨੇ ਕਿਹਾ ਮੈਂ ਹਿਸਾਬ ਕਿਤਾਬ ਬਰਾਬਰ ਕਰ ਸਕਾਂ। ਉਹਨਾਂ ਨੇ ਧਮਕੀ ਵੀ ਦਿੱਤੀ ਹੈ ਕਿ ਮੈਂ ਅਜਿਹਾ ਕੁਛ ਕਰਾਂਗਾ ਜੇ ਮੇਰੇ ਕੋਈ ਵਿਰੋਧ ਵਿੱਚ ਆਉਂਦਾ ਕਿ ਕਿਸੇ ਦਾ ਕੋਈ ਥਾਂ ਨਿਸ਼ਾਨ ਨਹੀਂ ਬਚੇਗਾ। ਦੇਖੋ ਜੀ 2-3 ਕਿਸਮ ਦੇ ਲੋਕ ਹੁੰਦੇ ਆ ਦੁਨੀਆਂ 'ਚ ਸੋਚਣ ਵਾਲੇ। ਇੱਕ ਤਾਂ ਹੁੰਦੇ ਆ ਪੋਲੀਟੀਕਲ ਲੈਵਲ 'ਤੇ ਸੋਚਦੇ ਆ, ਇੱਕ ਹੁੰਦੇ ਆ ਉਹ ਪੋਲੀਟੀਕਲ ਲੈਵਲ ਤੋਂ ਆਪਦੇ ਬੈਨੀਫਿਟ 'ਤੇ ਬਿਜ਼ਨਸ ਲੈਵਲ 'ਤੇ ਸੋਚਦੇ ਹੁੰਦੇ ਆ, ਅਤੇ ਇੱਕ ਹੁੰਦੀ ਆ ਆਮ ਜਨਤਾ। ਹੁਣ ਜਿਹੜੇ ਪੋਲੀਟੀਕਲ ਲੈਵਲ ਵਾਲੇ ਆ ਉਹਨਾਂ ਨੇ ਤਾਂ ਆਪਦੀ ਕੁਰਸੀ ਨੂੰ ਮੱਦੇਨਜ਼ਰ ਰੱਖ ਕੇ ਦੇਖਣਾ ਵੀ ਯੂਕਰੇਨ ਸਹੀ ਆ ਕਿ ਰੂਸ ਸਹੀ ਆ, ਅਤੇ ਜਿਹੜੇ ਹੈਗੇ ਉਦੋਂ ਦੂਜੇ ਬਿਜ਼ਨਸਮੈਨ ਉਹਨਾਂ ਨੇ ਦੇਖਣਾ ਵੀ ਕਿਹੜੇ ਮੁਲਕ ਨਾਲ ਸਾਨੂੰ ਬਿਜ਼ਨਸ ਸਾਡਾ ਚੱਲਦਾ ਸੀਗਾ ਸਹੀ ਸੀ ਜਿਹਦੇ ਸਾਨੂੰ ਬੈਨੀਫਿਟ ਸੀ ਅਤੇ ਕਿਹਦੇ ਨਾਲ ਨਹੀਂ, ਉਹਨਾਂ ਨੇ ਉਵੇਂ ਮੂਡ ਬਣਾਏ ਹੋਏ ਆ। ਜਿਹੜੇ ਮੇਰੇ ਤੇਰੇ ਵਰਗੇ ਆਮ ਲੋਕ ਆ ਉਹ ਹਜੇ ਦੁਚਿੱਤੀ 'ਚ ਆ ਵੀ ਸਪੋਰਟ ਕੀਤੀ ਜਾਵੇ ਤਾਂ ਕਿਹਦੀ ਕੀਤੀ ਜਾਵੇ। ਪਰ ਇੱਕ ਗੱਲ ਇੱਥੇ ਦੁਨੀਆਂ 'ਚ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਮਾਨਵੀ ਜਾਂ ਇਨਸਾਨੀ ਇੱਕ ਫਿਤਰਤ ਰਹੀ ਆ ਵੀ ਉਹ ਮਾੜੇ ਪ੍ਰਤੀ ਉਹਨਾਂ ਦਾ ਹਾਦਾ ਹਰੇਕ ਦਾ ਹੀ ਹਾਦਾ ਨਾਰਾ ਹੁੰਦਾ। ਹੁਣ ਜ਼ਿਆਦਾਤਰ ਲੋਕ ਆ ਜਿਹੜੇ ਆਮ ਲੋਕ ਉਹ ਯੂਕਰੇਨ ਦੇ ਹੱਕ 'ਚ ਹੋ ਕੇ ਖੜੇ ਆ, ਠੀਕ ਆ, ਪਰ ਲੋਕਾਂ ਨੂੰ ਪਤਾ ਨਹੀਂ ਅਸੀਂ ਵੀ ਹੋ ਕੀ ਰਿਹਾ ਅਸਲ 'ਚ ਕੀ ਹੋ ਰਿਹਾ। ਜਿਹੋ ਜਿਹੀਆਂ ਸਟੋਰੀਆਂ ਆ ਜਾਂਦੀਆਂ ਸਾਡੇ ਕੋਲ ਉਹੋ ਜਿਹੀਆਂ ਸਟੋਰੀਆਂ ਅਸੀਂ ਬਿਲੀਵ ਕਰ ਲੈਂਦੇ ਹਾਂ। ਕਿਸੇ ਗਰੁੱਪ 'ਚ ਇੱਕ ਦੇਸ਼ ਨੂੰ ਭੰਡਣ ਦੀ ਆ ਗਈ ਤਾਂ ਉਸ ਗਰੁੱਪ ਉਸ ਪਾਸੇ ਨੂੰ ਹੋ ਜਾਂਦਾ, ਜੇ ਦੂਜੇ 'ਚ ਆ ਗਈ ਤਾਂ ਦੂਜੇ ਪਾਸੇ ਹੋ ਜਾਂਦਾ। ਪਰ ਅਸਲ ਜਿਹੜੀ ਮੈਨੂੰ ਕਿ ਜਿੰਨੀ ਕੁ ਸਮਝ ਆਈ ਜਾਂ ਮੈਂ ਆਪਦੀ ਦੇਖਾਂ ਤਾਂ ਮੈਂ ਇਹ ਚੀਜ਼ ਦੇਖ ਰਿਹਾ ਜੀ ਵੀ ਪਿਛਲੇ ਜੇ ਇਤਿਹਾਸ ਨੂੰ ਫਰੋਲੀਏ ਜਾਂ ਜਿੰਨਾ ਕੁ ਦੀ ਅਸੀਂ ਸੁਰਤ ਸੰਭਾਲੀ ਆ, ਅਸੀਂ ਸੋਵੀਅਤ ਯੂਨੀਅਨ ਬਾਰੇ ਵੀ ਬੜੀ ਬਰੀਕੀ ਨਾਲ ਪੜ੍ਹਿਆ ਜਾਣਦੇ ਹਾਂ, ਮਿਖਾਇਲ ਗੋਰਬਾਚੋਵ ਵੱਲੋਂ ਕੋਈ ਚੱਕਿਆ ਗਿਆ ਇੱਕ ਆਜ਼ਾਦੀ ਦਾ ਸਟੈਪ ਜਿਹਨੇ ਰੂਸ ਖੇਰੂ ਖੇਰੂ ਕੀਤਾ ਸੋਵੀਅਤ ਯੂਨੀਅਨ, ਉਦੋਂ ਤੋਂ ਲੈ ਕੇ ਅਸੀਂ ਉਹਨੂੰ ਜਿਉਂਆਂ ਸਾਰੇ ਨੂੰ, ਤਾਂ ਉਹਨਾਂ ਤਹਿਤ ਜੇ ਗੱਲ ਕਰੀਏ ਅੱਜ ਵਾਕਈ ਯੂਕਰੇਨ ਦੇ ਜਦੋਂ ਪ੍ਰਧਾਨ ਮੰਤਰੀ 4 ਬਿਆਨ ਦਿੰਦਾ ਮੇਰੀ ਅਖੀਰੀ ਸਪੀਚ ਆ ਜਾਂ ਕਹਿੰਦਾ ਤਾਂ ਜਾਂ ਆਮ ਜਨਤਾ ਬਾਰੇ ਦੇਖਦੇ ਹਾਂ ਤਾਂ ਦਿਲ ਨੂੰ ਤਰਸ ਆਉਂਦਾ, ਦਿਲ ਪਸੀਜਾ ਜਾਂਦਾ। ਪਰ ਇਹ ਨੌਬਤ ਕਿਉਂ ਆਈ ਇਹ ਦੇਖਣਾ ਪਊ। ਅੱਜ ਪੁਤਿਨ ਨੂੰ ਲੋਕ ਇੱਕ ਡਿਕਟੇਟਰ ਦੇ ਤੌਰ 'ਤੇ ਲੈ ਰਹੇ ਆ, ਡਿਕਟੇਟਰ ਤੋਂ ਘੱਟ ਨਹੀਂ ਹੈ ਉਹ, ਇਹ ਗੱਲ ਮੰਨਣੀ ਪਊ। ਪਹਿਲਾਂ ਉਹ 2 ਵਾਰੀ ਰਾਸ਼ਟਰਪਤੀ ਰਹੇ, 3ਵਾਰ ਉਹ ਖੜੇ ਨਹੀਂ ਹੋ ਸਕਦੇ ਸੀ, ਉਹਨਾਂ ਨੇ ਪ੍ਰਧਾਨ ਮੰਤਰੀ ਬਣ ਗਏ ਕਾਨੂੰਨ ਦਾ ਫਾਇਦਾ ਉਠਾ ਕੇ, ਪ੍ਰਧਾਨ ਮੰਤਰੀ ਬਣ ਕੇ ਰਾਸ਼ਟਰਪਤੀ ਆਪਦਾ ਬੰਦਾ ਲਾ ਲਿਆ, ਇੱਕ ਪਲਾਨ ਪੂਰਾ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਰਾਸ਼ਟਰਪਤੀ ਲਈ ਵਾਪਸ ਆ ਗਏ 8 ਸਾਲਾਂ ਲਈ। ਪਰ ਇਸ ਦੌਰਾਨ ਉਹਨਾਂ ਨੇ ਸੰਵਿਧਾਨ ਦੇ ਵਿੱਚ ਐਡੀ ਵੱਡੀ ਤਬਦੀਲੀ ਕੀਤੀ ਵੀ ਰਾਸ਼ਟਰਪਤੀ ਦਾ ਜਿਹੜਾ ਟਾਈਮ ਆ ਉਹ ਅਨਲਿਮਿਟਡ ਕਰਤਾ। ਸੋ ਮੀਨਸ ਇਹ ਕੰਮ ਤਾਂ ਤਾਨਾਸ਼ਾਹ ਵਾਲੇ ਆ। ਪਰ ਤਾਨਾਸ਼ਾਹ ਹੋ ਕੇ ਜੇ ਅਸੀਂ ਇੱਕ ਚੀਜ਼ ਦੇਖੀਏ ਵੀ ਉਹਦਾ ਦੁਨੀਆਂ ਨੂੰ ਕੀ ਇਫੈਕਟ ਆ ਰਿਹਾ, ਦੁਨੀਆਂ ਦੇ ਮਾਮਲੇ 'ਚ ਉਹਦਾ ਕੀ ਰਵੱਈਆ ਸੀ। ਤੁਸੀਂ ਜਿੰਨੀਆਂ ਮਰਜ਼ੀ ਖਬਰਾਂ ਪੜ੍ਹ ਲਓ ਦੁਨੀਆਂ ਦੇ, ਪਿਛਲੇ ਮਰਜ਼ੀ ਸਮੀਖਿਆਵਾਂ ਕਰ ਲਓ, ਤੁਹਾਨੂੰ ਅਮੈਰੀਕਾ ਤਾਂ ਥਾਂ ਥਾਂ ਲਾਤਾ ਡਾਉਂਦਾ ਦਿਖ ਜੂਗਾ, ਅਮੈਰੀਕਾ ਤਾਂ ਥਾਂ ਥਾਂ ਧਮਕੀਆਂ ਦਿੰਦਾ ਦਿਖ ਜੂਗਾ, ਪਰ ਰਸ਼ੀਆ ਤੁਹਾਨੂੰ ਬਹੁਤ ਘੱਟ ਕਿਤੇ ਧਮਕੀਆਂ ਦਿੰਦਾ ਦਿਖੂਗਾ। ਕਿਤੇ ਉਹ ਧਮਕੀ ਨਹੀਂ ਦਿੰਦੇ, ਕਿਤੇ ਉਹ ਕਿਸੇ ਨੂੰ ਅੱਖਾਂ ਨਹੀਂ ਦਿਖਾਉਂਦੇ, ਕਿਸੇ 'ਚ ਲੱਤ ਨਹੀਂ ਅੜਾਉਂਦੇ। ਅਮੈਰੀਕਾ ਸਿੱਧੀ ਜਾ ਕੇ ਹਰੇਕ ਮਸਲੇ ਦੇ ਵਿੱਚ ਲੱਤ ਅੜਾਉਂਦਾ, ਪਰ ਰਸ਼ੀਆ ਕਿਤੇ ਨਹੀਂ ਅੜਾਉਂਦਾ ਲੱਤ।
ਸੋ ਮੈਂ ਇੱਥੇ ਇਹ ਨਹੀਂ ਕਹਿੰਦਾ ਮੈਂ ਰਸ਼ੀਆ ਕੰਨੀ ਆ ਜਾਂ ਮੈਂ ਪੁਤਿਨ ਕੰਨੀ ਆ, ਜੋ ਇਨਸਾਨੀਅਤ ਦਾ ਘਾਣ ਹੋ ਰਿਹਾ ਮੈਂ ਉਸ ਦੇ ਖਿਲਾਫ ਹੀ ਖੜੂੰਗਾ, ਇਨਸਾਨੀਅਤ ਦੇ ਘਾਣ ਹੋਣਾ ਮਾੜੀ ਗੱਲ ਆ, ਪਰ ਇਹ ਕਿਉਂ ਹੋਇਆ, ਇੱਥੋਂ ਤੱਕ ਕਿਉਂ ਪਹੁੰਚੀ ਨੌਬਤ? ਨੌਬਤ ਇਹੀ ਹੈ ਜੀ ਵੀ ਯੂਕਰੇਨ ਦੇ ਵਿੱਚ ਵੀ ਜਿਹੜਾ ਇੱਕ ਕੱਚੇ ਖਿਲਾੜੀ ਦੀ ਗੱਲ ਕਰਾਂਗੇ, ਚਾਹੇ ਉਹ ਅੱਜ ਤੁਹਾਨੂੰ ਕਿੰਨਾ ਮਰਜ਼ੀ ਲੱਗੀ ਜਾਵੇ, ਜਲੈਂਸਕੀ ਵੀ ਆ ਉਹ ਬਹੁਤ ਵਧੀਆ ਜਿਹੜਾ ਲੀਡ ਕਰ ਰਿਹਾ, ਕਈ ਬੰਦੇ ਇਸ ਗੱਲ ਤੋਂ ਖੁਸ਼ ਹੋ ਰਹੇ ਆ ਵੀ ਉਹ ਵਰਦੀ ਪਾਈ ਫਿਰਦਾ, ਹੈਂ ਉਹ ਇਹਨਾਂ ਚੀਜ਼ਾਂ ਦੇ ਫੈਸਲੇ ਨਹੀਂ ਹੁੰਦੇ, ਇੱਥੇ ਹੀ ਕਿਹਾ ਜਾਂਦਾ ਹੁੰਦਾ ਵੀ ਚੰਗੀ ਲੀਡਰਸ਼ਿਪ ਚੁਣੋ, ਲੀਡਰਸ਼ਿਪ ਜੇ ਚਾਹ ਬਣਾਉਣ ਵਾਲਾ ਬੰਦਾ ਲੀਡਰ ਚੁਣੋਗੇ ਤਾਂ ਉਹਦੇ ਨਤੀਜੇ ਸਾਡੇ ਐਵੇਂ ਭੁਗਤਣੇ ਪੈਣਗੇ, ਇੱਕ ਕਮੇਡੀਅਨ ਸਟੇਜ ਕਮੇਡੀ ਕਰਦਾ ਬੰਦੇ ਨੂੰ ਲੀਡਰ ਚੁਣੋਗੇ ਤਾਂ ਉਹਦੇ ਉਹ ਦੇ ਨਤੀਜੇ ਭੁਗਤਣੇ ਪੈਣਗੇ। ਮੈਂ ਇੱਥੇ ਭਗਵੰਤ ਮਾਨ ਦਾ ਜ਼ਿਕਰ ਨਹੀਂ ਕਰ ਰਿਹਾ, ਪਰ ਉਹ ਨਾਲ ਜੁੜ ਗਿਆ ਤਾਂ ਜੁੜ ਗਿਆ, ਮੈਨੂੰ ਕੋਈ, ਮੈਂ ਇਹਦੀ ਪਰਵਾਹ ਵੀ ਨਹੀਂ ਕਰਦਾ, ਠੀਕ ਆ, ਕਿਉਂਕਿ ਸਾਨੂੰ ਦੇਖਣਾ ਪੈਣਾ ਉਹ ਸਿਆਸਤ ਬਾਰੇ ਨੂੰ ਕਿੰਨੀ ਕੁ ਨੌਲੇਜ ਆ, ਕਿੰਨਾ ਕੁ ਪੜ੍ਹਿਆ ਲਿਖਿਆ, ਕਿਸ ਲੈਵਲ 'ਤੇ ਆਇਆ। ਇੱਕ ਫੈਨ ਹੋਣਾ ਤੇ ਇੱਕ ਉਹਦਾ ਵੋਟਰ ਹੋਣਾ 'ਚ ਫਰਕ ਹੁੰਦਾ ਗੱਲ 'ਚ, ਅਸੀਂ ਕਈ ਵਾਰੀ ਹਵਾ ਦੇ ਬਹਾਅ 'ਚ ਬਹਿ ਕੇ ਉੱਧਰ ਨੂੰ ਚਲੇ ਜਾਂਦੇ ਹਾਂ। ਜਿਹੜਾ ਬੰਦਾ ਇੰਨਾ ਕੁ ਸਟਰੋਂਗ ਨਹੀਂ ਹੈਗਾ ਜਾਂ ਸਟਰੋਂਗ ਗੱਲ ਨਹੀਂ ਕਰ ਸਕਦਾ ਜਾਂ ਸਟੈਂਡ 'ਤੇ ਨਹੀਂ ਖੜ ਸਕਦਾ, ਉਹ ਵੱਡੀ ਕੁਰਸੀ 'ਤੇ ਨਹੀਂ ਬੈਠ ਸਕਦਾ। ਜਦੋਂ ਤੁਸੀਂ ਵੱਡੀ ਕੁਰਸੀ 'ਤੇ ਬਹਿ ਜਾਂਦੇ ਹੋ ਨਾ, ਉਦੋਂ ਤੁਹਾਨੂੰ ਇੰਨਾ ਸਟਰੋਂਗ ਹੋਣਾ ਪੈਂਦਾ ਵੀ ਸਭ ਤੋਂ ਪਹਿਲਾਂ ਤਾਂ ਪਰਿਵਾਰ ਦੀ ਵੀ ਕੋਈ ਗੱਲ ਤੁਹਾਨੂੰ ਟਾਲਣੀ ਪੈਂਦੀ ਹੈ, ਉਹਨੂੰ ਵੀ ਕਹਿਣਾ ਪੈਂਦਾ ਚੱਲੋ ਪਾਸੇ ਮੈਂ ਤੁਹਾਡੇ ਨਹੀਂ, ਮੈਂ ਦੁਨੀਆ ਦਾ ਇਸ ਟਾਈਮ, ਮੈਂ ਦੇਸ਼ ਦਾ। ਸੋ ਇਸ ਲੈਵਲ 'ਤੇ ਬੰਦੇ ਦੀ ਸੋਚ ਆਉਣੀ ਪੈਂਦੀ ਆ। ਸੋ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਉਹ ਪੁਤਿਨ ਨੂੰ ਬਹੁਤ ਜ਼ਿਆਦਾ ਉਕਸਾਇਆ ਗਿਆ। ਨਾਟੋ ਵੱਲੋਂ ਗੱਲਾਂ ਕੀਤੀਆਂ ਗਈਆਂ, ਯੂਕਰੇਨ ਨੇ ਉਹਦੀ ਗੈਸ ਪਾਈਪ ਦਾ ਜਿਹੜਾ ਪਹਿਲਾਂ ਬਹੁਤ ਜ਼ਿਆਦਾ ਰੈਂਟ ਵਸੂਲਿਆ, ਫਿਰ ਉਦੋਂ ਬਾਅਦ ਜੇ ਉਹਨਾਂ ਨੇ ਪਾਸੇ ਦੀ ਚਲਾਈ ਤਾਂ ਉਹਦੀ ਵਿਰੋਧਤਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਫਿਰ ਉੱਥੇ ਭਾਸ਼ਾ ਦਾ ਵੀ ਆਇਆ, ਜੇ ਰਸ਼ੀਅਨ ਲੋਕ ਕੁਛ ਏਰੀਏ 'ਚ ਰਹਿੰਦੇ ਸੀ, ਹੁਣ ਅਸੀਂ ਹਾਂ, ਅਸੀਂ ਪੰਜਾਬੀ ਲੋਕ ਹਾਂ, ਪੰਜਾਬ ਦੇ ਇੱਕ ਖਿੱਤੇ 'ਚ ਰਹਿੰਦੇ ਹਾਂ, ਅਤੇ ਅਸੀਂ ਕਿਵੇਂ ਤੜਫਦੇ ਹਾਂ ਜਦੋਂ ਸਾਨੂੰ ਬੋਲੀ ਬੋਲਣ ਤੋਂ ਰੋਕਿਆ ਜਾਂਦਾ, ਸਾਡੀ ਬੋਲੀ ਬੋਲਣ ਤੋਂ ਰੋਕ, ਉਹੀ ਤੜਫ ਉਹਨਾਂ ਦੀ ਸੀ, ਤਾਂ ਉਹ ਵੀ ਉੱਥੇ ਅਸੀਂ ਫਿਰ ਉਹਨਾਂ ਦਾ ਕਿਉਂ ਨਹੀਂ ਤਰਸ ਕਰਦੇ, ਕਿਉਂ ਨਹੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਰਸ਼ੀਆ ਇਹ ਗੱਲ ਪ੍ਰੂਵ ਕਰਦਾ ਵੀ ਸਾਡੇ ਰਸ਼ੀਅਨ ਜਿਹੜੇ ਲੋਕ ਬੋਲਦੇ ਸੀਗੇ ਜਿਹੜੇ ਏਰੀਆ 'ਚ, ਉਹਨਾਂ 'ਤੇ ਯੂਕਰੇਨ ਪਾਬੰਦੀਆਂ ਲਾ ਰਿਹਾ। ਯੂਕਰੇਨ ਦੀਆਂ ਜਿੰਨੀ ਪੁਰਾਣੀਆਂ ਹਿਸਟਰੀਆਂ ਦੇਖ ਲਓ ਤੁਸੀਂ, ਜਿੱਥੇ ਵੀ ਉਹ ਹਮੇਸ਼ਾ ਉਲਟ ਖੜਾ ਜਿੱਥੇ ਵੀ ਖੜਾ। ਸੋ ਇਸ ਕਰਕੇ ਆਪਾਂ ਇਕੱਲੀ ਤਰਸ ਦੇ ਆਧਾਰ 'ਤੇ ਜ਼ਰੂਰ ਕਹਿ ਸਕਦੇ ਹਾਂ ਵੀ ਯੂਕਰੇਨ ਇੱਕ ਗਰੀਬ ਮਾੜਾ ਮੁਲਕ ਆ ਅਤੇ ਉਹਨੂੰ ਵੱਡਾ ਮੁਲਕ ਅੱਖਾਂ ਦਿਖਾ ਰਿਹਾ, ਅਤੇ ਯੂਕਰੇਨ ਨਾਲ ਉਹ ਬੰਦੇ ਆ ਕੇ ਖੜੇ ਨਹੀਂ ਜਿਨ੍ਹਾਂ ਨੇ ਉਂਗਲਾਂ ਲਾਈਆਂ, ਅਤੇ ਇਹ ਤਾਂ ਜ਼ਰੂਰ ਇੱਕ ਕਾਰਨ ਹੈਗਾ। ਪਰ ਮੈਂ ਇਸ ਨੂੰ ਇੱਕ ਡਿਪਲੋਮੈਟਿਕ ਜਾਂ ਇੱਕ ਵੱਡੇ ਪੱਧਰ ਦੀ ਰਾਜਨੀਤਿਕ ਦੇ ਵਿੱਚ ਫੇਲੀਅਰ ਮੰਨਦਾ ਵੀ ਕਿਸੇ ਦੀਆਂ ਗੱਲਾਂ 'ਚ ਆ ਕੇ ਤੁਹਾਨੂੰ ਤਾਂ ਪਤਾ ਨਾ ਤੁਸੀਂ ਕੀ ਪਾਵਰ ਹੋ, ਜਾਂ ਗੱਲ ਕਹਿਣੀ ਪੈਂਦੀ ਆ ਕਿ ਆਸਟ੍ਰੇਲੀਆ ਨੇ ਵੀ ਯੂਕਰੇਨ ਨੂੰ ਹਥਿਆਰ ਭੇਜੇ ਨੇ ਜੀ। ਕੋਸਟ ਦੱਸੀ ਜਾ ਰਹੀ ਹੈ ਕਿ 5 ਮਿਲੀਅਨ ਜਿਹੜੇ ਡਾਲਰਸ ਹੈਗੇ ਨੇ ਉਹਨਾਂ ਦੇ ਯੂਕਰੇਨ ਨੂੰ ਉਹਨਾਂ ਨੇ ਹਥਿਆਰ ਭੇਜੇ ਨੇ। ਇਹ ਸਿਰਫ ਤੇ ਸਿਰਫ ਕਾਰਨ ਕੀ ਹੈ ਜੀ ਆਸਟ੍ਰੇਲੀਆ ਦਾ, ਆਸਟ੍ਰੇਲੀਆ ਅਮਰੀਕਾ ਦੇ ਜਿਹੜੇ ਇਨਫਲੂਐਂਸ 'ਚ ਚੱਲਦਾ ਗਾ, ਸਿੰਪਲ ਜੀ ਗੱਲ ਆ, ਤੇ ਉਧਰੋਂ ਚਾਈਨਾ ਦੇ ਅੱਜ ਕੱਲ੍ਹ ਉਲਟ ਚੱਲਦਾ, ਹੁਣ ਚਾਈਨਾ ਰਸ਼ੀਆ ਨਾਲ ਖੜਾ, ਤੇ ਇਸ ਕਰਕੇ ਸਾਰੀ ਦਿੱਕਤ ਹੀ ਇੱਥੇ ਆ ਰਹੀ ਆ। ਮੈਂ ਤਾਂ ਅੱਜ ਤੋਂ ਬਹੁਤ ਚਿਰ ਪਹਿਲਾਂ ਵੀ ਇੱਕ ਸਮੀਖਿਆ ਕੀਤੀ ਸੀ ਇੱਕ ਲੇਖ ਰਾਹੀਂ, ਉਹਦੇ 'ਚ ਲਿਖਿਆ ਸੀ ਵੀ ਜੇ ਏਸ਼ੀਆ ਦੀਆਂ 3 ਕੰਟਰੀਆਂ ਚਾਈਨਾ ਰਸ਼ੀਆ ਤੇ ਇੰਡੀਆ ਤਿੰਨੇ ਇਕੱਠੀਆਂ ਹੋ ਜਾਣ, ਮੈਨ ਪਾਵਰ ਇਹਨਾਂ ਕੋਲੇ ਆ, ਪੈਸਾ ਇਹਨਾਂ ਕੋਲੇ ਆ, ਸੋਰਸਿਸ ਇਹਨਾਂ ਕੋਲੇ ਆ, ਬਹੁਤ ਸਾਰੇ ਰਿਸੋਰਸਿਸ ਇਹਨਾਂ ਕੋਲੇ ਆ, ਤਾਂ ਇਹ ਅਮੈਰੀਕਾ 1 ਮਿੰਟ ਦੇ ਵਿੱਚ ਆਪਦੀ ਪਹਿਲੀ ਪਦਵੀ 'ਤੇ ਉੱਤਰ ਜੂਗਾ। ਜਿਹੜੀ ਦੁਨੀਆ ਦੇ ਨੰਬਰ 1 ਦੀ ਪਦਵੀ 'ਤੇ ਬੈਠਾ ਨਾ, ਉਹ ਤਾਂ ਹੀ ਬੈਠਾ, ਉਹਨੇ ਇਹ 3 ਵੱਡੀਆਂ ਸ਼ਕਤੀਆਂ ਨੂੰ ਖਿਲਾਰ ਰੱਖਿਆ ਆਪਸ ਮੇਂ, ਇਹਨਾਂ ਨੂੰ ਰਲਣ ਨਹੀਂ ਦਿੰਦਾ ਕਿਸੇ ਨਾ ਕਿਸੇ ਰੂਪ 'ਚ। ਹੁਣ ਤੱਕ ਨਹਿਰੂ ਦੇ ਯੁੱਗ ਤੋਂ ਲੈ ਕੇ ਇੰਦਰਾ ਦੇ ਯੁੱਗ ਤੱਕ ਰਸ਼ੀਆ ਨਾਲ ਸਾਂਝ ਸੀਗੀ ਇੰਡੀਆ ਦੀ, ਅਤੇ ਉਦੋਂ ਗੱਲ ਹੋਰ ਸੀਗੀ, ਪਰ ਉਦੋਂ ਚਾਈਨਾ ਇੰਨਾ ਸਟਰੋਂਗ ਨਹੀਂ ਸੀਗਾ। ਹੁਣ ਕੀ ਪੁਜੀਸ਼ਨ ਆ ਗਈ ਆ, ਹੁਣ ਜਿਉਂ ਪਿਛਲਾ ਦੌਰ ਆਇਆ ਅਸੀਂ ਰਸ਼ੀਆ ਨੂੰ ਛੱਡ ਕੇ ਅਮੈਰੀਕਾ ਦੇ ਲੜਨ ਲੱਗ ਗਏ ਹਾਂ, ਅਤੇ ਅਮੈਰੀਕਾ ਦੇ ਲੜ ਲੱਗ ਕੇ ਅਸੀਂ ਵੀ ਉਹਨਾਂ ਦੀ ਭਾਸ਼ਾ ਬੋਲਣ ਲੱਗ ਗਏ ਹਾਂ, ਉਹ ਏਸ਼ੀਆ ਦੇ ਖਿੱਤੇ 'ਚ ਆ ਕੇ ਸਾਡੇ ਮੁਲਕਾਂ ਦੇ ਉੱਤੇ ਵੀ ਸਰਦਾਰੀ ਕਰ ਰਿਹਾ। ਸੋ ਕੁੱਲ ਮਿਲਾ ਕੇ ਨਾ ਇਹ ਪੋਲੀਟਿਕਸ ਬਹੁਤ ਗੰਦੀ ਪੋਲੀਟਿਕਸ ਆ, ਆਮ ਲੋਕਾਂ ਬਾਰੇ ਕੁਛ ਵੀ ਨਹੀਂ ਸੋਚਦੀ, ਪਬਲਿਕ ਦਾ ਜਦੋਂ ਚਿਹਰੇ ਦੇਖਦੇ ਹਾਂ ਜਿਹੜੇ ਬੰਦੇ ਨੇ ਤਿਲ ਤਿਲ ਕਰਕੇ ਘਰ ਜੋੜੇ ਆ, ਅਤੇ ਉਹਨਾਂ ਨੂੰ ਘਰਾਂ ਨੂੰ ਲਾਟਾਂ 'ਚ ਛੱਡਦੇ ਬਲਦੇ ਛੱਡਦੇ ਜਾਂ ਵੱਜੇ ਵਜਾਏ ਘਰਾਂ ਨੂੰ ਛੱਡ ਕੇ ਜਦੋਂ ਉੱਥੋਂ ਤੁਰ ਰਹੇ ਆ ਸੜਕਾਂ 'ਤੇ, ਉਦੋਂ ਦਿਲ ਪਸੀਜਾ ਜਾਣਾ ਇੱਕ ਕੋਮਨ ਗੱਲ ਆ ਜੀ, ਉਹ ਸਾਡਾ ਵੀ ਹੋ ਰਿਹਾ। ਸੋ ਅਸੀਂ ਤਾਂ ਅਰਦਾਸ ਦੁਆ ਕਰਾਂਗੇ ਜੀ ਵੀ ਇਹ ਕੁਝ ਕੁ ਲੋਕਾਂ ਦੀ ਹੋਮਿਓ, ਕੁਝ ਕੁ ਲੋਕਾਂ ਦੀ ਜਿਹੜੀ ਹੰਕਾਰ ਆ ਇਹਦੇ ਪਿੱਛੇ ਜਿਹੜੀ ਆਮ ਦੁਨੀਆ ਦਾ ਘਾਣ ਨਾ ਹੋਵੇ ਜੀ। ਨਾਟੋ ਦੀ ਗੱਲ ਕੀਤੀ ਹੈ ਜੀ, ਤੁਸੀਂ ਨਾਟੋ ਦਾ ਕੀ ਰੋਲ ਦੇਖਦੇ ਹੋ, ਕਿਉਂਕਿ 3rd ਵਾਰ ਜਿਹੜੀ ਹੈਗੀ ਆ ਉਹਦੇ ਬਾਰੇ ਕਿਆ ਸਰਗਾਈਆਂ ਲਾਈਆਂ ਜਿਹੜੀਆਂ ਹੈਗੀਆਂ ਲਾਈਆਂ ਜਾ ਰਹੀਆਂ ਨੇ ਕਿ ਜੇਕਰ ਨਾਟੋ ਇਨਵੋਲਵਡ ਹੁੰਦੀ ਹੈ ਕਿ 3rd ਵਾਰ ਦਾ ਪੱਕੇ ਚਾਂਸ ਹੈਗੇ ਨੇ? ਦੇਖੋ ਨਾਟੋ ਨੇ ਜਿਵੇਂ ਹੁਣ UNO ਨੇ ਪਹਿਲਾਂ ਤੁਹਾਨੂੰ ਫਲਾਈ ਨੋ ਫਲਾਈ ਜ਼ੋਨ ਡਿਕਲੇਅਰ ਕਰਨ ਤੋਂ ਮਨਾ ਕਰਤਾ, ਕਹਿੰਦੇ ਅਸੀਂ ਨਹੀਂ ਕਰਦੇ। ਦੇਖੋ ਸਿੰਪਲ ਜੀ ਗੱਲ ਆ ਵੀ ਨੋ ਫਲਾਈ ਜ਼ੋਨ ਜੇ ਉਹ ਏਰੀਆ ਬਣ ਜਾਂਦਾ ਹੋ ਜਾਂਦਾ ਤਾਂ ਕਿੰਨਾ ਕੁਛ ਬੱਚਤ ਹੋ ਜਾਣੀ ਸੀ, ਪਰ ਦੂਜੇ ਪਾਸੇ ਉਹਨੂੰ ਪਤਾ ਸੀ ਵੀ ਜੇ ਨੋ ਫਲਾਈ ਜ਼ੋਨ ਅਸੀਂ ਉਹਨਾਂ ਨੇ ਡਿਕਲੇਅਰ ਕਰਤਾ ਤੇ ਰਸ਼ੀਆ ਨੂੰ ਮਨਾਊ ਕੌਣ? ਡਿਕਲੇਅਰ ਤਾਂ ਕਰ ਦੇਣਗੇ, ਰਸ਼ੀਆ ਹਟਦਾ ਨਹੀਂ,
ਜਦੋਂ ਰਸ਼ੀਆ ਹਟਦਾ ਨਹੀਂ ਤਾਂ ਨਾਟੋ ਦੀ ਇੱਜ਼ਤ ਦਾ ਸਵਾਲ ਆਜੂ, ਫਿਰ ਨਾਟੋ ਨੂੰ ਆਪਦੇ ਜਹਾਜ਼ਾਂ ਨਾਲ ਉਹਨੂੰ ਰੋਕਣਾ ਪਊਗਾ ਰਸ਼ੀਆ ਨੂੰ ਵੀ ਤੁਸੀਂ ਨੋ ਫਲਾਈ ਜ਼ੋਨ 'ਚ ਕਿਵੇਂ ਤੂੰ ਲੰਘਿਆ। ਪਰ ਇੱਥੇ ਉਹਨਾਂ ਨੇ ਸੱਪ ਵੀ ਮਾਰਿਆ ਸੋਟੀ ਵੀ ਬਚਾਈ ਅਤੇ ਉਹਨਾਂ ਨੇ ਮਨਾ ਕਰਤਾ, ਕਹਿੰਦੇ ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਲਾਗੂ ਨਹੀਂ ਕਰ ਸਕਦੇ। ਹੁਣ ਜੇ ਤੁਸੀਂ ਲਾਗੂ ਹੀ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ, ਕਿਸੇ ਕਾਨੂੰਨ ਨੂੰ ਲਾਗੂ ਨਹੀਂ ਕਰ ਸਕਦੇ, ਤੁਸੀਂ ਕੀ ਅਥਾਰਟੀ ਹੋ? ਅਥਾਰਟੀ ਤਾਂ ਉਹੀ ਆ ਨਾ ਜੇ ਕਿਸੇ ਕਾਨੂੰਨ ਨੂੰ ਲਾਗੂ ਕਰਦੇ ਬੰਦਾ ਪ੍ਰੈਸ਼ਰ ਦੇ ਵਿੱਚ, ਦੁਨੀਆ ਦਾ ਪ੍ਰੈਸ਼ਰ ਬਹੁਤ ਆਉਂਦਾ, ਉਹ ਪ੍ਰੈਸ਼ਰ ਦੇ ਵਿੱਚ ਜੇ ਤੁਸੀਂ ਕੋਈ ਡਿਸੀਜਨ ਲੈਂਦੇ ਹੋ, ਫੈਸਲਾ ਕਰਦੇ ਹੋ, ਉਹ ਉਦੋਂ ਹੋ ਸਕਦਾ ਤੁਹਾਡੇ ਉਲਟ ਜਾਵੇ, ਪਰ ਲੇਟਰ ਆਉਣ ਟਾਈਮ ਪੈਣ 'ਤੇ ਉਹ ਤੁਹਾਨੂੰ ਲੋਕ ਤੁਹਾਡੇ ਹੱਕ 'ਚ ਗੱਲ ਜਾਂਦੀ ਆ। ਚਾਰ ਦਿਨਾਂ ਨੂੰ ਤਾਂ ਰਸ਼ੀਆ ਨੋਰਮਲ ਜਦੋਂ ਦੌਰ ਆਉਂਦਾ ਉਦੋਂ ਨਾਟੋ ਉਸ ਚੀਜ਼ ਦੀਆਂ ਜਾਂ UNO ਉਸ ਚੀਜ਼ਾਂ ਦੇ ਉਹਦੇ ਤੋਂ ਸਵਾਲ ਕਰ ਸਕਦਾ ਨਾ ਵੀ ਹਾਂ ਦੱਸੋ ਆਹ ਚੀਜ਼ਾਂ ਤੂੰ ਮੰਨੀਆਂ ਕਿਉਂ ਨਹੀਂ ਸਾਡੀਆਂ। ਪਰ ਇੱਦਾਂ ਨਹੀਂ ਹੈ। ਹੁਣ ਤੁਸੀਂ ਆਪਾਂ ਇਸ ਨੂੰ ਨਾ ਛੋਟੀ ਜਿਹੀ ਜਿਵੇਂ ਆਪਾਂ ਸਿਡਨੀ ਦੀਆਂ 2000 ਜਿਹੜੀਆਂ 18 ਦੀਆਂ ਸਿੱਖ ਖੇਡਾਂ ਨਾਲ ਮਿਲਾ ਕੇ ਦੇਖਦੇ ਹਾਂ, 2018 ਦੀਆਂ ਸਿੱਖ ਖੇਡਾਂ ਦੇ ਵਿੱਚ ਇੱਕ ਨਸ਼ੇ ਦੀ ਗੱਲ ਚੱਲੀ। ਇੱਕ ਪਾਸੇ ਅਸੀਂ ਕਮੇਟੀ ਵੱਲੋਂ ਨਸ਼ਾ ਰੋਕਣ ਦੀ ਗੱਲ ਕਰ ਰਹੇ ਹਾਂ ਵੀ ਅਸੀਂ ਨਸ਼ੇ ਨੂੰ ਵੜਨ ਨਹੀਂ ਦੇਣਾ ਉੱਥੇ, ਠੀਕ ਹੈ, ਅਤੇ ਅਸੀਂ ਸਾਨੂੰ ਵਾਹਵਾ ਮਿਲ ਰਹੀ ਹੈ, ਸਾਰੀ ਦੁਨੀਆ ਕਹਿ ਰਹੀ ਹੈ ਬਿਲਕੁਲ ਕਬੱਡੀ 'ਚੋਂ ਨਸ਼ਾ ਬੰਦ ਹੋਣਾ ਚਾਹੀਦਾ, ਠੀਕ ਆ। ਪਰ ਜਦੋਂ ਲਾਗੂ ਕਰਨ ਦੀ ਗੱਲ ਆਉਂਦੀ ਹੈ ਉੱਥੇ ਸੈਮੀਫਾਈਨਲ ਅਤੇ ਫਾਈਨਲ ਮੈਚ, ਉੱਥੇ ਲੋਕਾਂ ਦਾ ਪ੍ਰੈਸ਼ਰ ਆ ਵੀ ਮੈਚ ਹੋਣਾ ਚਾਹੀਦਾ। ਜਾਂ ਤਾਂ ਅਸੀਂ ਲੋਕਾਂ ਦਾ ਪ੍ਰੈਸ਼ਰ ਮੰਨ ਕੇ ਅਤੇ ਆਪਦਾ ਕਾਨੂੰਨ ਛਿੱਕੇ ਟੰਗ ਕੇ ਅਤੇ ਉੱਥੇ ਨਸ਼ਾ ਈ ਡੀ ਪਲੇਅਰਾਂ ਨੂੰ ਖੇਡਣ ਦੇ ਦਿੰਦੇ, ਅਤੇ ਜਾਂ ਫਿਰ ਅਸੀਂ ਆਪਦੀ ਜ਼ਿੰਮੇਵਾਰੀ ਜਿਹੜੇ ਸੰਵਿਧਾਨ ਦੀ ਰਾਖੀ ਲਈ ਅਸੀਂ ਚੁਣੇ ਹੋਏ ਸੀ ਉਹਨੂੰ ਉਹਦੀ ਰਾਖੀ ਕਰਦੇ, ਉਹਨੂੰ ਫਾਈਨਲ ਨੂੰ ਰੋਕਦੇ, ਫਿਰ ਠੀਕ ਸੀ। ਪਰ ਉਦੋਂ ਬਹੁਤ ਔਖਾ ਡਿਸੀਜਨ ਸੀ, ਅਸੀਂ ਰੋਕਿਆ, ਉਹਦੇ ਲਈ ਅਸੀਂ ਬੋਤਲਾਂ ਵੀ ਖਾਧੀਆਂ, ਲੋਕਾਂ ਤੋਂ ਗਾਲਾਂ ਵੀ ਖਾਧੀਆਂ, ਲੋਕਾਂ ਨੇ ਮੰਦਾ ਚੰਗਾ ਬੋਲਿਆ, ਕੇਸਾਂ ਤੱਕ ਵੀ ਹੋਏ, ਸਭ ਕੁਛ ਹੋਇਆ, ਪਰ ਐਂਡ ਆਫ ਦ ਡੇ ਉਹ ਇੱਕ ਜਿੱਤ ਮੰਨੀ ਗਈ ਅਤੇ ਇੱਕ ਚੰਗੀ ਉਹਨੂੰ ਕਹਿ ਸਕਦੇ ਗਵਰਨੈਂਸ ਮੰਨੀ ਗਈ ਵੀ ਹਾਂ ਕੋਈ ਟੀਮ ਜਿਹੜੀ ਚੁਣੀ ਸੀ ਉਹ ਖੜ ਗਈ ਸਟੈਂਡ 'ਤੇ। ਜਿਹੜਾ ਹਵਾ ਦੇ ਮਾਣੇ ਉੱਡ ਜਾਂਦਾ ਉਹਨੂੰ ਮੈਂ ਤਾਂ ਸਿੰਪਲ 'ਚ ਇਕੱਲੇ ਲਿਫਾਫੇ ਕਹਿਣਾ, ਉਹਨਾਂ ਲਿਫਾਫੇ ਹੁੰਦੇ ਆ ਜੀ। ਬ੍ਰਾਡ ਸਾਹਿਬ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, ਟੌਪਿਕ ਹੋਰ ਵੀ ਬਹੁਤ ਸਨ, ਮਿਲਦੇ ਆ ਜੀ ਅਗਲੇ ਹਫ਼ਤੇ, ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਸੋ ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਂਦਾ, ਨਵੇਂ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ, ਧੰਨਵਾਦ।